ਗੁਰਗ੍ਰੰਥ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਵਿੱਚੋਂ ਲੋਕ ਸਿੰਘ ਉੱਠ ਕੇ ਚਲੇ ਗਏ, ਕਹਿੰਦੇ ਤਾਂ ਇਹੀ ਕਰਨਗੇ, ਵਾਜਾ ਹੀ ਵਜਾਣਾ ਇਹਨਾਂ ਨੇ, ਚੱਲਦਿਆਂ ਲੰਗਰ ਛੱਕ ਕੇ ਆ ਗਏ। ਇੱਕ ਤਾਂ ਗੁਰੂ ਦਰਬਾਰ ਵਿੱਚ ਸਾਰੇ ਬੈਠੇ ਹੋ, ਪ੍ਰਸੰਨ ਚਿੱਤ ਹੋ ਕੇ ਬੈਠੋ ਔਰ ਖੁਸ਼ ਹੋ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ। ਇੱਥੋਂ ਆਪਾਂ ਖੁਸ਼ੀਆਂ ਲੈਣ ਆਏ ਹਾਂ ਇੱਕ ਦੂਸਰੇ ਦੇ ਨਾਲ, ਅਗਰ ਹੈਪੀਨੈਸ ਆਪਾਂ ਸਮਾਜ ਜਿਹੜੀ ਹੈ, ਅਸੀਂ ਬਹੁਤ ਕੁਝ ਸਿੱਖਿਆ ਇਸ ਦੇਸ਼ ਵਿੱਚ ਆ ਕੇ, ਪਰ ਬਹੁਤ ਕੁਝ ਗਵਾਇਆ ਵੀ ਹੈ। ਆਪਣੀ ਸਮਾਈਲ ਆਪਾਂ ਗਵਾ ਦਿੱਤੀ ਨਾ, ਤਾਂ ਘੱਟੋ ਘੱਟ ਗੁਰੂ ਦੇ ਦਰਬਾਰ ਵਿੱਚ ਜਦੋਂ ਆਉਂਦੇ ਹਾਂ ਤਾਂ ਆਪਾਂ ਸਾਰੇ ਪ੍ਰਸੰਨ ਚਿੱਤ ਹੋ ਕੇ ਬੈਠੋ। ਇਹ ਉਸਤਾਦ ਰਣਬੀਰ ਸਿੰਘ ਨੇ, ਤੁਸੀਂ ਜਾਣਦੇ ਹੋ, ਸਕੱਤਰ ਸਾਹਿਬ ਨੇ ਤਾਂ ਕਹਿਤਾ ਵੀ ਲੋਕਲ ਨੇ, ਇਹ ਲੋਕਲ ਨਹੀਂ ਇੰਟਰਨੈਸ਼ਨਲ ਨੇ। ਔਰ ਜਿੰਨੇ ਵੀ ਪੰਜਾਬ ਘਰਾਣਾ ਹੈ, ਇੱਕ ਪੰਜਾਬ ਘਰਾਣੇ ਦੇ ਵਿੱਚ ਗਿਣੇ ਚੁਣੇ ਦੋ ਤਿੰਨ ਉਸਤਾਦ ਨੇ, ਉਹਨਾਂ ਵਿੱਚ ਇੱਕ ਨੇ ਉਸਤਾਦ ਰਣਬੀਰ ਸਿੰਘ, ਤੁਹਾਡੇ ਲਈ ਲੋਕਲ ਹੋਣਗੇ, ਸਾਡੇ ਲਈ ਇੰਟਰਨੈਸ਼ਨਲ ਨੇ। ਔਰ ਇਹਨਾਂ ਦਾ ਜਿਹੜਾ ਸਬਕ ਹੈ, ਇਹ ਕੋਈ ਇਹ ਨਹੀਂ ਕਿ ਇਹਨਾਂ ਨੇ ਸਿੱਖਿਆ ਔਰ ਆ ਕੇ ਇੱਥੇ ਵਜਾ ਦਿੱਤਾ, ਇਹਦੇ ਪਿੱਛੇ ਵਰ੍ਹਿਆਂ ਦੀ ਮਿਹਨਤ ਹੈ, ਸਾਲਾਂ ਦੀ, ਕਈ ਕਈ ਸਾਲ ਲੱਗ ਜਾਂਦੇ ਨੇ ਉਸਤਾਦ ਕੋਲ ਜਾ ਕੇ ਸਿੱਖਣ ਦੇ ਲਈ। ਇਹ ਜਦੋਂ ਸਿੱਖਣ ਜਾਂਦੇ ਸੀ ਨਾ, ਸਾਢੇ ਤਿੰਨ ਚਾਰ ਘੰਟੇ ਟ੍ਰੇਨ 'ਚ ਬੈਠ ਕੇ ਜਾਣਾ, ਫਿਰ ਉਸਤਾਦ ਨੇ ਥੋੜ੍ਹਾ ਜਿਹਾ ਸਿਖਾ ਦੇਣਾ, ਫਿਰ ਵਾਪਸ ਆ ਜਾਣਾ ਸਾਢੇ ਤਿੰਨ ਘੰਟੇ, ਰਾਤ ਨੂੰ ਚੜ੍ਹਨਾ, ਸਵੇਰੇ ਵਾਪਸ ਆਉਣਾ, ਤਾਂ ਕਿਤੇ ਜਾ ਕੇ ਵਰ੍ਹਿਆਂ ਤੋਂ ਬਾਅਦ ਇਹ ਤਾਲੀਮ ਪ੍ਰਾਪਤ ਹੋਈ। ਔਰ ਅੱਜ ਇੱਥੇ ਜਿਹੜੇ ਇਹਨਾਂ ਦੇ ਬੱਚੇ ਸਿਖਾ ਰਹੇ ਨੇ, ਇਹਨਾਂ ਦਾ ਬੇਟਾ ਇੱਥੇ ਸਿਖਾ ਰਿਹਾ, ਜਗਦੀਪ ਸਿੰਘ ਸਿਖਾ ਰਹੇ ਨੇ, ਤੁਹਾਡੇ ਅਗਲੀ ਜਨਰੇਸ਼ਨ ਨੂੰ ਸਿਖਾ ਰਹੇ ਨੇ, ਤਾਂ ਇਹ ਇਸ ਪਰਿਵਾਰ ਦਾ ਸਾਡੇ ਸਾਰਿਆਂ ਦੇ ਲਈ ਧੰਨਵਾਦ ਕਰਨਾ ਬਣਦਾ। ਔਰ ਜੋ ਪਹਿਲਾਂ ਇਹ ਵਜਾਇਆ ਹੈ ਅਸੀਂ ਗੁਰੂ ਘਰ ਦੇ ਵਿੱਚ, ਇਸ ਨੂੰ ਕਹਿੰਦੇ ਨੇ ਕੀਰਤਨ ਜਿਹੜਾ ਅਸੀਂ ਕਰਦੇ ਹਾਂ ਨਾ, ਅੱਜ ਕੱਲ੍ਹ ਤਾਂ ਕੀਰਤਨ ਟਿਊਨਾਂ 'ਤੇ ਹੋਣ ਲੱਗ ਪਿਆ, ਤੁਹਾਨੂੰ ਪਤਾ ਨਾ, ਕੀਰਤਨ ਟਿਊਨਾਂ 'ਤੇ ਹੁੰਦਾ ਨਾ, ਫਿਲਮੀ ਧੁਨਾਂ 'ਤੇ, ਔਰ ਆਪੋ ਮਨ ਘੜਤ ਧੁਨਾਂ 'ਤੇ, ਮਨ ਮਤ ਅਨੁਸਾਰ ਹੋਣ ਲੱਗ ਪਿਆ। ਪਰ ਉਹਦੀ ਜੋ ਵਿਧੀ ਹੈ ਉਹ ਹੈ ਕਿ ਪਹਿਲਾਂ ਦਰਬਾਰ ਸਾਹਿਬ 'ਚ ਸ਼ਾਨ ਵੱਜਦੀ ਹੁੰਦੀ ਸੀ। ਸ਼ਾਨ ਕੀ ਹੁੰਦੀ ਹੈ? ਸਾਜ਼ਾਂ ਦਾ ਵਾਦਨ, ਇੰਸਟਰੂਮੈਂਟਲ ਪ੍ਰਲਿਊਡ ਕਹਿੰਦੇ ਨੇ, ਜਿਹੜਾ ਰਾਗ ਅਸੀਂ ਗਾਣਾ ਉਸ ਰਾਗ ਦੇ ਵਿੱਚ ਸ਼ਾਨ ਵਜਾਓ। ਫਿਰ ਦੂਸਰਾ ਪਾਠ ਹੁੰਦਾ ਮੰਗਲਾਚਰਨ, ਅਤੇ ਅਸੀਂ ਅਕਾਲ ਪੁਰਖ ਦਾ, ਗੁਰੂ ਦਾ ਮੰਗਲਾਚਰਨ ਕਰੀਏ, ਫਿਰ ਉਦੋਂ ਬਾਅਦ ਸ਼ਬਦ ਗਾਇਨ ਪ੍ਰਾਰੰਭ ਹੁੰਦਾ ਹੈ। ਸੋ ਸੰਗਤ ਵਿੱਚ ਕਈ ਵਾਰੀ ਕਈਆਂ ਨੂੰ ਪਤਾ ਨਹੀਂ ਹੁੰਦਾ, ਅਸੀਂ ਤਾਂ ਆਪਣੀ ਪਰੰਪਰਾ ਦੇ ਵੱਧੇ ਹੋਏ ਹਾਂ, ਔਰ ਸਾਡੇ 'ਤੇ ਤੁਹਾਡੇ ਚਰਨਾਂ ਵਿੱਚ ਇਹੀ ਬੇਨਤੀ ਕਰਦੇ ਹਾਂ ਕਿ ਇਸ ਪਰੰਪਰਾ ਨੂੰ ਆਪਾਂ ਸਾਰੇ ਕਾਇਮ ਰੱਖੀਏ, ਤਾਂ ਹੀ ਮਰਿਆਦਾ ਦਾ ਪਾਲਣ ਹੀ ਸਾਨੂੰ ਸੱਚੇ ਸੱਚੇ ਸਿੱਖ ਬਣਾਏਗਾ ਔਰ ਸਿੱਖੀ ਦੇ ਪਰਚਮ ਨੂੰ ਸਾਰੀ ਦੁਨੀਆਂ ਵਿੱਚ ਲਹਿਰਾਏਗਾ। ਚੱਕਰ ਚਿਹਨ